ਗੁਰੂ ਘਰ ਦੇ ਵਿੱਚ ਉਦੋਂ ਹਫੜਾ ਦਫੜੀ ਮੱਚ ਗਈ ਜਦੋਂ ਅਚਾਨਕ ਗੈਸ ਸਿਲੰਡਰ ਫਟ ਗਿਆ ਤੇ ਇੱਥੇ ਸੇਵਾ ਕਰਦੇ 5 ਬੱਚਿਆਂ ਸਣੇ ਇੱਕ ਵਿਅਕਤੀ ਵੀ ਬੁਰੀ ਤਰ੍ਹਾਂ ਝੁਲਸ ਗਿਆ। ਬੱਚਿਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਤੇ ਮਾਪਿਆਂ ਦੇ ਹੰਝੂ ਨਹੀਂ ਰੁਕ ਰਹੇ। ਮਾਮਲਾ ਫਰੀਦਕੋਟ ਦੇ ਗੁਰਦੁਆਰਾ ਜਾਮਣੀ ਸਾਹਿਬ ਦਾ ਹੈ, ਜਿੱਥੇ ਇਹ ਬੱਚੇ ਪਿੰਡ ਪਿਆਰਿਆਣਾ ਤੋਂ ਆਉਂਦੇ ਨੇ, ਮੱਥਾ ਟੇਕਦੇ ਨੇ ਤੇ ਫਿਰ ਲੰਗਰ ਛਕਦੇ ਨੇ। ਲੰਗਰ ਛਕਣ ਤੋਂ ਬਾਅਦ ਇਹ ਬੱਚੇ ਉੱਥੇ ਹੀ ਸੇਵਾ ਕਰਨ ਲੱਗ ਜਾਂਦੇ ਨੇ। ਸੇਵਾ ਕਰਦਿਆਂ ਹੀ ਅਚਾਨਕ ਗੈਸ ਸਿਲੰਡਰ ਫਟ ਗਿਆ ਅਤੇ ਇਹ 5 ਬੱਚੇ ਤੇ 1 ਵਿਅਕਤੀ ਇਸ ਵਿੱਚ ਬੁਰੀ ਤਰ੍ਹਾਂ ਝੁਲਸ ਗਏ। ਇਹਨਾਂ 5 ਬੱਚਿਆਂ ਦੇ ਵਿੱਚੋਂ 1 ਬੱਚਾ 50% ਤੱਕ ਸੜ ਚੁੱਕਿਆ ਹੈ, ਜਦਕਿ ਬਾਕੀ ਬੱਚੇ 60-70% ਸੜ ਚੁੱਕੇ ਨੇ, ਜਿਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਉਧਰ ਮਾਪਿਆਂ ਦਾ ਰੋ ਰੋ ਬੁਰਾ ਹਾਲ ਹੈ, ਉਹਨਾਂ ਦੇ ਹੰਝੂ ਨਹੀਂ ਰੁਕ ਰਹੇ ਤੇ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਕਿ ਬੱਚੇ ਸਹੀ ਸਲਾਮਤ ਸਿਹਤਯਾਬ ਹੋਣ ਤੇ ਘਰ ਵਾਪਸ ਆ ਜਾਣ। ਦੱਸਿਆ ਜਾ ਰਿਹਾ ਹੈ ਕਿ ਇਹ 5 ਬੱਚੇ ਹੀ ਇੱਥੇ ਲੰਗਰ ਛਕਣ ਦੇ ਲਈ ਆਏ ਸਨ। ਲੰਗਰ ਛਕਣ ਤੋਂ ਬਾਅਦ ਗੁਰੂ ਘਰ ਦੇ ਵਿੱਚ ਹੀ ਸੇਵਾ ਕਰਨ ਲੱਗ ਗਏ ਤੇ ਉਸੇ ਦੌਰਾਨ ਹੀ ਇਹ ਹਾਦਸਾ ਵਾਪਰ ਗਿਆ, ਜਿਸ ਤੋਂ ਬਾਅਦ ਤੁਰੰਤ ਇਹਨਾਂ ਬੱਚਿਆਂ ਨੂੰ ਹਸਪਤਾਲ ਲਿਜਾਇਆ ਗਿਆ ਤੇ ਉੱਥੇ ਡਾਕਟਰਾਂ ਦੇ ਵੱਲੋਂ ਇਹਨਾਂ ਦੀ ਹਾਲਤ ਨੂੰ ਨਾਜ਼ੁਕ ਦੱਸਿਆ ਜਾ ਰਿਹਾ, ਜਿਸ ਕਰਕੇ ਸਾਰੇ ਹੀ ਚਿੰਤਾ ਦੇ ਆਲਮ 'ਚ ਨੇ। ਸਭ ਅਰਦਾਸ ਕਰ ਰਹੇ ਨੇ ਕਿ ਇਹ ਬੱਚੇ ਜਲਦੀ ਜਲਦੀ ਸਿਹਤਯਾਬ ਹੋ ਜਾਣ। ਇਹ ਅਚਾਨਕ ਸੇਵਾ ਕਰਦੇ ਪਏ ਸੀ, ਸਫਾਈ ਦੀ ਸੇਵਾ ਚੱਲਦੀ ਪਈ ਸੀ ਤੇ ਸੇਵਾ ਕਰਦਿਆਂ ਪਤਾ ਨਹੀਂ ਅੱਗ ਕਿਵੇਂ ਲੀਕਿੰਗ ਹੋਈ, ਕੋਈ ਹੋਇਆ ਤੇ ਧਮਾਕਾ ਹੋ ਗਿਆ। ਕਿੰਨੇ ਬੱਚੇ ਜ਼ਖਮੀ ਹੋਏ ਤੇ ਕੀ ਹਾਲਾਤ? 5 ਬੱਚੇ ਸੀ ਜਿਹੜੇ ਸਕੂਲ ਦੇ ਵੈਸੇ ਸਕੂਲ ਟਾਈਮ ਹੀ ਸ਼ਾਇਦ ਆਏ ਹੋਣ ਤੇ ਸੇਵਾ ਕਰਦੇ ਪਏ ਸੀ, 2-3 ਮੁਲਾਜ਼ਮ ਸੀ ਸਾਡੇ। ਬੱਚੇ ਸਾਰੇ ਪੜ੍ਹਦੇ ਸੀ? ਹਾਂ, ਇਹ ਪਤਾ ਇਹ ਕਹਿ ਰਹੇ ਕਿ ਪੜ੍ਹਦੇ ਸੀ ਸਕੂਲਾਂ ਦੇ ਵਿੱਚ ਸੀ ਸ਼ਾਇਦ। ਬਸ ਸਾਰੇ ਉਦੋਂ ਦੇ ਹੀ, ਅਸੀਂ ਤਾਂ ਅੱਗੇ ਪਿੱਛੇ ਨਹੀਂ ਵੇਖਿਆ ਜੀ, ਜਦੋਂ ਵੀ ਅਸੀਂ ਪਹੁੰਚ ਗਏ ਵੇਖਿਆ, ਪਤਾ ਲੱਗਾ ਕੋਈ ਪਤਾ ਵੇਖ ਲਓ ਉਵੇਂ ਦੇ ਕੋਈ ਹਾਲਾਤ ਕੀ ਨੇ, ਜਿਸ ਤਰ੍ਹਾਂ ਹੀ ਭੱਜ ਉੱਠੇ ਹਾਂ ਤੇ ਸਾਰੇ ਪਾਸੇ ਡਾਕਟਰਾਂ ਨੂੰ, ਕਿਸੇ ਨੂੰ ਫੋਨ, ਕਿਸੇ ਸੰਸਥਾ ਨੂੰ ਫੋਨ, ਵੀ ਜਿੰਨਾ ਵੀ ਕੋਈ ਮੌਕੇ ਤੇ ਪਹੁੰਚ ਸਕਦਾ ਪਹੁੰਚਾਓ। ਹਾਂਜੀ 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 ਸਾਰੀ ਸਾਰੀ ਤਰ੍ਹਾਂ ਦੀ, ਮੈਂ ਇੱਥੇ ਮੈਂਬਰ ਸਾਹਿਬ ਆਏ ਆ ਅੱਜ, ਆਪ ਕਹਿ ਕੇ ਗਏ ਵੀ ਉਹਨਾਂ ਦੀ ਗੱਲ ਵੀ ਹੋ ਗਈ ਕਿ SGPC ਵੱਲੋਂ ਇਲਾਜ ਕੀਤਾ ਜਾਊਗਾ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਰਣਜੀਤ ਕੌਰ ਜੀ, ਬੱਚੇ ਨਾਲ ਸੇਵਾ ਕਰਨ ਗਏ ਸੀਗੇ ਗੁਰਦੁਆਰਾ ਸਾਹਿਬ, ਅਚਾਨਕ ਕੀ ਸਿਲੰਡਰ ਫਟ ਜਾਂਦਾ। ਇੰਨਾ ਕੁ ਤਾਂ ਪਤਾ ਨਹੀਂ, ਉਹ ਵਿਚਾਰੇ ਕੋਈ ਸੇਵਾ ਕਰਦੇ ਸੀਗੇ, ਗਾਂਹ ਪਿਛਾਂ ਸਿਲੰਡਰ ਹੋਣ ਕਾਰਨ ਭੜਾਸ ਕਾਰਨ ਹੀ ਫਟੇ ਨੇ। ਠੀਕ ਹੈ, ਬਾਕੀ ਗੁਰਦੁਆਰਾ ਵਾਲੇ ਸਾਡੀ ਮਹਿਤਾ ਕਰਦੇ ਆ, ਬਹੁਤ ਜਸੇਦਾਰ ਹੈ, ਕਹਿੰਦੇ ਇਲਾਜ ਜਿੱਥੋਂ ਤੱਕ ਹੋਇਆ ਅਸੀਂ ਕਰਵਾਵਾਂਗੇ। ਬੱਚੇ 5 ਬੱਚੇ ਆ ਜੀ, ਠੀਕ ਹੀ ਆ ਜੀ, ਠੀਕ ਆ। ਅਭੀ ਕੰਡੀਸ਼ਨ ਬਹੁਤ ਸੀਰੀਅਸ ਹੈ, ਸਾਰੇ ਬੱਚੋਂ ਕਾ ਬਹੁਤ ਜ਼ਿਆਦਾ ਜਲੇ ਹੋਏ ਔਰ ਬਹੁਤ ਗਹਿਰੇ ਜਲੇ ਹੋਏ ਹੈ। ਅਭੀ ਹਮਨੇ ਜਿਤਨਾ ਵੀ ਟ੍ਰੀਟਮੈਂਟ ਹੈ ਸਾਰਾ ਸਟਾਰਟ ਕਰ ਦਿਆ, ਆਕਸੀਜਨ ਜਿਤਨੀ ਵੀ ਦਵਾਈਆਂ ਸਭ ਸ਼ੁਰੂ ਕਰ ਦੀ ਹੈ, ਉਹ ਟਾਈਮ ਕੇ ਨਾਲ ਆਪਣੇ ਕੋ ਪਤਾ ਚਲੇਗਾ, ਜੈਸੇ ਜੈਸੇ ਔਰ ਚੀਜ਼ੇ ਆਏਗੀ ਹਮ ਉਸ ਹਿਸਾਬ ਸੇ ਟ੍ਰੀਟਮੈਂਟ ਮੇ ਔਰ ਬਦਲਾਵ ਕਰੇਂਗੇ, ਜੋ ਵੀ ਚਾਹੀਏ ਉਹ ਸਭ ਚਾਹੀਏਗਾ। ਬਾਕੀ ਅਭੀ ਫਿਲਹਾਲ ਕੇ ਸਟੇਟ ਪੇ ਅਭੀ ਕੰਡੀਸ਼ਨ ਸੀਰੀਅਸ ਹੈ। ਪਰਸੈਂਟੇਜ ਜੀ ਅਭੀ ਕਾਫੀ ਹੈ, ਠੀਕ ਹੈ ਨਾ, ਅਬਾਊਟ ਜੋ 3-4 ਬੱਚੇ ਹੈ ਅਬਾਊਟ 60-70% ਚਲੇ ਹੋਏ, ਇੱਕ ਬੱਚਾ 50% ਸੇ ਉੱਪਰ ਹੈ। ਜੋ ਵੀ 50% ਸੇ ਉੱਪਰ ਜ਼ਿਆਦਾ ਚਲਤਾ ਉਨਮੇਂ ਕੰਡੀਸ਼ਨਸ ਥੋੜ੍ਹਾ ਖਤਰੇ ਵਾਲੀ ਬਾਤੇਂ ਹੋਤੀ ਹੈ, ਥੋੜ੍ਹਾ ਸਿਕਨੈਸ ਰਹਿੰਦਾ ਹੈ। ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਸਾਰੀ ਫੈਸਿਲਿਟੀਜ਼ ਹੈ, ਉਸ ਕੋਈ ਟੈਨਸ਼ਨ ਨਹੀਂ। ਬਹੁਤ ਮੰਦ ਘਟੀ ਘਟੀ ਘਟਨਾ ਵਾਪਰੀ, ਮੰਦ ਭਾਗੀ ਅੱਜ ਗੁਰਦੁਆਰਾ ਵਜੀਦਪੁਰ ਜਾਮਨੀ ਸਾਹਿਬ ਇਤਿਹਾਸ ਗੁਰੂ ਘਰ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਪਿੰਡ ਪਿਆਰਿਆਂ ਦੇ ਬੱਚੇ 5 ਜਿਹੜੇ ਅੱਜ ਬਹੁਤ ਸੀਰੀਅਸ ਆ, ਬਹੁਤ ਅਸੀਂ ਪਤਾ ਲੈਣ ਆਏ ਹਾਂ, ਜਿਨ੍ਹਾਂ ਨੂੰ ਉੱਥੇ ਸਿਲੰਡਰ ਦੇ ਫਟਣ ਕਾਰਨ ਜਿਹੜਾ ਸੁੰਨ ਚਾ ਰਿਹਾ ਵੀ ਅੱਗ ਫੈਲ ਗਈ, ਉਹਦੇ ਨਾਲ ਉਹ ਝੁਲਸੇ ਗਏ ਆ। ਅਤੇ ਸਾਡੀ ਤਾਂ ਇਹ ਮੰਗ ਆ ਕਿ ਸ਼੍ਰੋਮਣੀ ਕਮੇਟੀ ਨੂੰ ਇਹਨਾਂ ਪਰਿਵਾਰਾਂ ਨੂੰ ਆਰਥਿਕ ਮਦਦ ਵੀ ਦੇਣੀ ਚਾਹੀਦੀ ਆ,
ਪੰਜਾਬ ਸਰਕਾਰ ਨੂੰ ਵੀ ਚਾਹੀਦਾ, ਕਿਉਂਕਿ ਇੱਕ ਨੌਜਵਾਨ ਬੱਚੇ ਆ ਜਿਹੜੇ ਮਾਪਿਆਂ ਦਾ ਸਹਾਰਾ ਹੁੰਦੇ ਆ, ਜਿਨ੍ਹਾਂ ਨੇ ਅੱਗੇ ਜਾ ਕੇ ਮਾਪਿਆਂ ਦੀ ਡੰਗੋਰੀ ਚੱਕਣੀ ਹੁੰਦੀ ਆ। ਹਾਲਾਤ ਇਹਨਾਂ ਦੇ ਬਹੁਤ ਸੀਰੀਅਸ ਆ। ਮੈਂ ਤਾਂ SGPC ਪ੍ਰਧਾਨ ਧਾਮੀ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਜਿੱਥੋਂ ਸਰਕਾਰੀ ਇਲਾਜ ਬਹੁਤਾ ਚੰਗਾ ਨਹੀਂ ਹੁੰਦਾ, ਆਪਾਂ ਸਭ ਨੂੰ ਪਤਾ ਹੀ ਆ, ਕਿ ਜਿਹਨਾਂ ਦਾ ਪ੍ਰਾਈਵੇਟ ਇਲਾਜ ਕਰਵਾਉਣਾ ਚਾਹੀਦਾ। ਸਾਡੀ ਸਰਕਾਰ ਤੋਂ ਵੀ ਮੰਗ ਆ, ਸਰਕਾਰ ਨੂੰ ਵੀ ਆਰਥਿਕ ਇਹਨਾਂ ਦੀ ਸਹਾਇਤਾ, ਪੰਜਾਬ ਸਰਕਾਰ ਆਰਥਿਕ ਸਹਾਇਤਾ ਕਰੇ, ਇਹਨਾਂ ਦਾ PGI ਰੈਫਰ ਕਰੇ, ਪੰਜਾਬ ਸਰਕਾਰ ਇਹਨਾਂ ਦਾ ਇਲਾਜ ਕਰਾਵੇ, ਨਾਲ SGPC ਨੂੰ ਇੱਥੇ ਸਹਾਇਤਾ ਕਰਨੀ ਚਾਹੀਦੀ ਆ, ਕਿਉਂਕਿ ਜਿਹੜੇ ਹੋਣਹਾਰ ਨੌਜਵਾਨ ਬੱਚੇ ਇੱਕੋ ਹੀ ਪਿੰਡ ਦੇ ਬੱਚੇ ਆ, ਗਰੀਬ ਘਰਾਂ ਦੇ ਬੱਚੇ ਆ ਜਿੰਨੇ ਆ। ਇਸ ਕਰਕੇ ਬੇਨਤੀ ਆ ਸਾਡੀ, ਤਾਂ ਅਸੀਂ ਜਿੰਨੀਆਂ ਸਮਾਜ ਸੇਵੀ ਜਥੇਬੰਦੀਆਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਪਰਿਵਾਰਾਂ ਨੂੰ ਪੂਰਨ ਭਰੋਸਾ ਦਿਵਾਉਂਦੇ, ਅਸੀਂ ਨਾਲ ਇਹਨਾਂ ਦੇ ਜਿੱਥੇ ਵੀ ਜਿੱਥੋਂ ਤੱਕ ਸਾਡੇ ਤੋਂ ਸਹਾਇਤਾ ਹੋਈ ਕਰਾਂਗੇ। ਮੈਂਬਰ ਆਫ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਜੀ ਖਾਲਸਾ, ਉਹਨਾਂ ਵੱਲੋਂ ਵੀ ਵਿਸ਼ਵਾਸ ਦਿਵਾਉਂਦੇ, ਅਸੀਂ ਇਹਨਾਂ ਦੇ ਨਾਲ ਹਾਂ। ਇਹ ਬੱਚੇ ਆ ਆਕਾਸ਼ਦੀਪ ਸਿੰਘ ਆ, ਦਲਜੀਤ ਸਿੰਘ ਆ, ਜਗਸੀਰ ਸਿੰਘ ਆ, ਰਾਜਪਾਲ ਸਿੰਘ ਆ, ਰਾਮ ਭਗਵਾਨ ਸਿੰਘ, ਇਹ ਪੰਜ ਬੱਚੇ ਆ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਮੈਡੀਕਲ ਕਾਲਜ ਫਰੀਦਕੋਟ ਆ, ਇੱਕੋ ਪਿੰਡ ਦੇ ਬੱਚੇ ਆ, ਇੱਥੇ ਦਾਖਲਾ ਇੱਕ ਜਿਹਨੂੰ ਲੁਧਿਆਣੇ ਰੈਫਰ ਕੀਤਾ ਗਿਆ, ਇੱਕ ਉਹ ਸੀਰੀਅਸ ਆ, ਸੀਰੀਅਸ 'ਤੇ ਵੀ ਆ। ਡਾਕਟਰ ਸਾਹਿਬ ਨਾਲ ਵੀ ਹੁਣ ਸਾਡੀ ਗੱਲ ਹੋਈ ਸੀ, ਜਿਹੜੀ ਅੱਗ ਦਾ ਜਲਣ ਨਾਲ ਹੌਲੀ ਹੌਲੀ ਅਸਰ ਹੁੰਦਾ, ਉਹਦੇ ਇਹਨਾਂ ਦੇ ਜਿਵੇਂ ਹੌਲੀ ਹੌਲੀ ਅੰਗਾਂ 'ਤੇ ਵੀ ਅਸਰ ਪੈਣਾ, ਕੋਈ ਅੰਗ ਕੱਟਣਾ ਵੀ ਪੈ ਸਕਦਾ, ਕਿਉਂਕਿ ਆਪਾਂ ਨੂੰ ਹੁਣ ਬੋਲਦੇ ਲੱਗ ਰਿਹਾ ਜਿਵੇਂ ਚਲੋ ਮਾੜਾ ਮੋਟਾ, ਜਿਵੇਂ ਬਹੁਤ ਸੁੱਜ ਗਏ, ਕਿਉਂਕਿ ਚਮੜੀ ਦੇ ਵਿੱਚ ਪਰਤਾਂ ਹੁੰਦੀਆਂ ਆਪਣੀਆਂ ਚਮੜੀ ਦੀਆਂ, ਜਿਹੜੀ ਜਿਹੜੀ ਪਰਤ ਨੂੰ ਹੌਲੀ 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 ਅਸਰ ਹੋਣਾ, ਉਸ ਹਿਸਾਬ ਨਾਲ ਸਾਨੂੰ ਬਹੁਤ ਸੀਰੀਅਸ ਲੱਗਦੇ। ਅਸੀਂ ਤਾਂ SGPC ਸ਼੍ਰੋਮਣੀ ਗੁਰਦੁਆਰਾ ਤੋਂ ਕਮੇਟੀ ਦਸਵਾਂ ਦਸਵੰਧ ਹੀ ਕੱਢਦੇ, ਸਿੱਖਾਂ ਦੇ ਦਸਵੰਧ ਨਾਲ ਚੱਲਦੀ, ਅੱਜ ਅਸੀਂ ਇਹਨਾਂ ਗਰੀਬ ਬੱਚਿਆਂ ਦੀ, ਇਹਨਾਂ ਗਰੀਬ ਲੋਕਾਂ ਦੀ ਅਸੀਂ ਹਮੇਸ਼ਾ ਹੀ ਮਦਦ ਕਰਦੇ ਆਏ ਹਾਂ। ਸਿੱਖ ਤਾਂ ਹਮੇਸ਼ਾ ਹੀ ਬੂਹੇ ਖੁੱਲ੍ਹੇ, ਜੇ ਕਿਤੇ ਹੜ੍ਹ ਆਉਂਦੇ ਆ, ਹੜ੍ਹ ਪੀੜਤਾਂ ਦੀ ਮਦਦ ਕਰਦੇ ਹਾਂ, ਸਾਨੂੰ ਇਹਨਾਂ ਬੰਦੀ ਮਦਦ ਕਰਨੀ ਚਾਹੀਦੀ। ਇਹਨਾਂ ਦੇ ਮਨ 'ਚ ਇਹ ਗੱਲ ਨਹੀਂ ਜਾਣੀ ਚਾਹੀਦੀ, ਬਾਕੀ ਤਾਂ ਵਾਹਿਗੁਰੂ ਦੇ ਵੱਸ ਆ, ਪਰਮਾਤਮਾ ਦੇ ਵੱਸ, ਉਹਨੇ ਕੀ ਕਰਨਾ ਕੀ ਨਹੀਂ ਕਰਨਾ। ਇਹਨਾਂ ਦੀ ਆਸਥਾ ਗੁਰੂ ਘਰ ਨਾਲ ਜੁੜੀ ਆ, ਅਤੇ ਇਹਨਾਂ ਦੀ ਆਸਥਾ ਨੂੰ ਸੱਟ ਨਾ ਵੱਜੇ, ਅਤੇ ਸਾਡੇ ਸਿੱਖ ਧਰਮ 'ਤੇ ਜਿਹੜਾ ਅੱਗੇ ਲੋਕ ਬਥੇਰੀਆਂ ਗੱਲਾਂ ਕਰਦੇ ਆ, ਵੀ ਇਹਨਾਂ ਦੇ ਮਨ 'ਚ ਇਹੋ ਜਿਹੀ ਗੱਲ ਨਾ ਜਾਵੇ ਵੀ ਕਿ ਸਿੱਖਾਂ ਨੇ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਰਵਉੱਚ ਸੰਸਥਾ ਸਿੱਖਾਂ ਦੀ, ਵੀ ਉਹਨੇ ਸਾਡੀ ਇਲਾਜ ਪੱਖੋਂ, ਸਾਡੀ ਆਰਥਿਕ ਪੱਖੋਂ ਸਹਾਇਤਾ ਨਹੀਂ ਕੀਤੀ। ਇਹ ਗਰੀਬ ਪਰਿਵਾਰ ਆ, ਸਾਰੇ ਖੜ੍ਹੇ ਆ, ਅਤੇ ਇਹਨਾਂ ਦਾ ਜੋ ਇਲਾਜ ਕਰਵਾਉਣਾ ਚਾਹੀਦਾ। SGPC ਦੇ ਇੱਥੇ ਮੁਲਾਜ਼ਮ ਖੜ੍ਹੇ ਆ, ਵਿਲੇਜ ਸਾਹਿਬ ਵੀ ਖੜ੍ਹੇ ਆ, ਲੱਗੇ ਹੋਏ ਆ। ਮੈਂ ਧੰਨਵਾਦ ਕਰਦਾ, ਜੋ ਫਰਜ਼ ਬਣਦਾ ਸਾਡਾ, ਅਸੀਂ ਵੀ ਤਾਂ ਹੀ ਆਏ ਹਾਂ, ਅਤੇ ਇਹੀ ਮੇਰੀ ਬੇਨਤੀ ਆ। ਪੰਜਾਬ ਸਰਕਾਰ ਨੂੰ ਵੀ ਬੇਨਤੀ ਹੈ ਕਿ ਇਹਨਾਂ ਦਾ PGI ਤੋਂ ਇਲਾਜ ਕਰਵਾਇਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਦਾ ਲੈ ਲਓ ਇੱਧਰ।